ਬਾਬਾ ਕੋਈ ਸਾਧਨ ਕਰ ਲਵੇ ਨਾ, ਸਾਹ ਸੌਖਾ ਹੋ ਜਾਵੇ ਗਰਮੀ ਕਿੰਨੀ। ਸ਼ੁਕਰ ਆ ਰੱਬਾ, ਕੋਈ ਚੀਤਾ ਜੀ ਬਾਈ, ਹੁਣ ਬਸ ਭਾ ਲਵੇ ਬਾਈ ਜੀ। ਲੈ ਚੱਲਿਓ ਬਾਈ ਜੀ, ਲੈ ਚੱਲਿਓ ਬਾਈ ਜੀ, ਲੈ ਚੱਲੋ ਬਾਈ ਜੀ, ਇੱਥੇ ਹੀ ਆਉਣਾ ਜੀ ਬਾਈ ਜੀ। ਇਹਦਾ ਯਾਰ ਧੁੱਪੇ ਖੜਾ ਸੀਗਾ, ਜੇ ਬਿਠਾ ਲਈਏ ਡਰ ਵੀ ਲੱਗਦਾ। ਚੱਲ ਧੁੱਪੇ ਧੁੱਪ ਬਹੁਤ ਯਾਰ, ਲੈ ਜੀ ਆ ਬਈ ਸ਼ੇਰਾ। ਬਾਈ ਜੀ ਸ਼ੁਕਰ ਆ ਤੁਸੀਂ ਮੁੜਿਆ ਜੀ, ਪਹਿਲਾਂ ਬਾਈ ਜੀ ਤੁਹਾਨੂੰ ਹੱਥ ਦਾ ਤੁਸੀਂ ਰੋਕਿਆ ਨਹੀਂ ਜੀ, ਰੋਕਣਾ ਛੋਟੇ ਵੀ ਮੈਂ ਹੁਣ ਨਹੀਂ ਸੀ। ਮੈਂ ਉੱਥੋਂ ਮੁੜ ਕੇ ਆਇਆ ਤੇਰੇ ਹਾਲਾਤ ਵੇਖ ਕੇ, ਗਰਮੀ ਬਹੁਤ ਸੀ, ਮੈਂ ਕਿਹਾ ਕਿੱਥੇ ਤੁਰ ਕੇ ਜਾਊਗਾ, ਕਿਉਂਕਿ ਅੱਜ ਕੱਲ੍ਹ ਰੋਕਣ ਵਾਲੇ ਹਾਲਾਤ ਹੈ, ਘਟਨਾ ਹੀ ਇੰਨੀਆਂ ਵਾਪਰਦੀਆਂ ਪਈਆਂ ਕਿ ਡਰ ਹੀ ਬਹੁਤ ਪਿਆ ਹੋਇਆ। ਬਾਈ ਜੀ ਗੱਲ ਤੁਹਾਡੀ ਬਿਲਕੁਲ ਸਹੀ ਆ ਜੀ, ਹਾਲਾਤ ਤਾਂ ਹੈ ਨਹੀਂ ਬਿਠਾਉਣ ਵਾਲੇ ਜੀ, ਨਸ਼ੇ ਨੇ ਇੰਨੇ ਕੁ ਮਾੜੇ ਹਾਲਾਤ ਕਰਤੇ ਆ ਕਿ ਘਰ ਦੇ ਬੱਚੇ ਘਰ ਵਿੱਚ ਹੀ ਚੋਰੀ ਕਰੀ ਆ, ਮਾਂ ਪਿਓ ਦੀ ਸੁਣਨੋਂ ਹਟ ਗਏ, ਮੰਨਣੋਂ ਹਟ ਗਏ, ਔਰ ਰਾਸਤੇ ਵਿੱਚ ਜਾਂਦਿਆਂ ਦੀ ਮਦਦ ਕਰਨ ਨੂੰ ਬਹੁਤ ਖੁਸ਼ੀ ਮਿਲਦੀ ਸੀ। ਹੁਣ ਮੇਰਾ ਪਹਿਲਾਂ ਦਿਲ ਕਰਦਾ ਸੀ ਰੋਕਾਂ ਇਹਨੂੰ ਬਿਠਾਲਾਂ, ਫਿਰ ਮੈਨੂੰ ਤੇਰੇ ਕੋਲ ਵੀ ਡਰ ਲੱਗ ਗਿਆ ਕਿ ਪਤਾ ਨਹੀਂ ਤੇਰੇ ਕੋਲ ਕੁਛ ਉਹੋ ਜਿਹੀ ਚੀਜ਼ ਨਾ ਹੋਵੇ, ਰਾਸਤੇ ਜਾਂਦਿਆਂ ਮੇਰਾ ਕੋਈ ਨੁਕਸਾਨ ਹੋ ਜਾਵੇ। ਪਰ ਪੰਜਾਬੀ ਦੇ ਅੰਦਰ ਦਰਿਆਦਲੀ ਵੀ ਆ, ਉਸੇ ਦਰਿਆਦਲੀ ਨੇ ਮੈਨੂੰ ਮੋੜ ਕੇ ਲੱਤਾ ਤੇਰੇ ਕੋਲ, ਪਰ ਹਾਲਾਤ ਤੈਨੂੰ ਪਹਿਲਾਂ ਵੀ ਦੱਸਿਆ ਕਿ ਇੱਦਾਂ ਦੇ ਨਹੀਂ ਹੈ, ਬਹੁਤ ਜ਼ਿਆਦਾ ਲੁੱਟਾਂ ਖੋਹ ਵੱਧ ਚੁੱਕੀਆਂ ਬਾਈ, ਜੇ ਰਾਜਾ ਕਰਕੇ ਮੁੜਿਆ ਮੈਂ ਵੀ, ਅੱਗੇ ਮੇਰੇ ਨਾਲ ਹੋ ਚੁੱਕੀ ਆ, ਤੂੰ ਮੰਨਣਾ ਨਹੀਂ ਮੇਰੇ ਹਿਸਾਬ ਨਾਲ ਕੋਈ 5 ਕੁ ਸਾਲ ਦੀ ਗੁੜੀਆ ਹੋਣੀ ਨਾ ਹੋਵੇ, ਐਂ ਤੇਰੇ ਵਾਂਗੂ ਤਰਸ ਕਰਕੇ ਬਿਠਾ ਲਿਆ ਮੈਂ, ਉਹਨਾਂ ਮੈਨੂੰ ਕਿੱਲਾ ਵੀ ਨਹੀਂ ਟੱਪਣ ਦਿੱਤਾ। ਉਹ ਪਤਾ ਨਹੀਂ ਕੁੜੀ ਨੇ ਕੀ ਜਵਾਕੜੀ ਨੇ ਮੈਨੂੰ ਲਾਇਆ ਇੱਥੇ, ਅਤੇ ਕਹਿੰਦਾ ਥੱਲੇ ਉੱਤਰ, ਮੋਟਰਸਾਈਕਲ ਵੀ ਲੈ ਗਏ ਮੇਰਾ, ਮੈਂ ਮਦਦ ਕਰਦਾ ਕਰਦਾ ਆਪ ਘਰੇ ਤੁਰ ਕੇ ਗਿਆ, ਹਾਲਾਤ ਤਾਂ ਜਮਾਂ ਹੀ ਹੈ ਨਹੀਂ ਬਿਠਾਉਣ। ਬਾਈ ਜੀ ਅੱਜ ਕੱਲ੍ਹ ਇਹਨਾਂ ਗੱਲਾਂ ਕਰਕੇ ਨਾ ਜੀ ਕੋਈ ਕਿਸੇ ਦੀ ਮਦਦ ਕਰਕੇ ਖੁਸ਼ ਨਹੀਂ ਗਾ। ਸਹੀ ਗੱਲ ਆ, ਚਲ ਆ ਮੇਰਾ ਵੀਰ ਬੈਠ, ਆਪਾਂ ਗੱਲ ਭੁੱਟੇ ਖੜੇ। ਪਰ ਬਾਈ ਤੂੰ ਇੰਨੀ ਦੁਪਹਿਰੇ ਤੁਰਿਆ ਕਿੱਥੋਂ ਆਉਂਦਾ ਯਾਰ? ਬਾਈ ਅੱਡੇ ਤੇ ਖੜਾ ਸੀਗਾ ਜੀ, ਇੱਕ ਬੱਸ ਲੰਘ ਗਈ ਬਾਈਆਂ ਦੀ, 15 ਮਿੰਟਾਂ ਨੂੰ ਵੱਡੇ ਬੱਸ ਸਟੈਂਡ ਤੋਂ ਬੱਸ ਮਿਲ ਜੂਗੀ। ਅੱਛਾ, ਹਾਂਜੀ ਹੁਣ ਉੱਥੇ ਚਲਾ ਸੀਗਾ ਜਦ ਨੂੰ ਤੁਸੀਂ ਆ ਗਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਭਾਲ ਲਿਆ ਜੀ, ਤੁਹਾਡੇ ਤੋਂ ਪਹਿਲਾਂ ਬਹੁਤ ਜਣਿਆਂ ਨੂੰ ਰੋਕਿਆ ਜੀ, ਕੋਈ ਨਹੀਂ ਰੁਕਿਆ। ਰੁਕਣਾ ਵੀ ਨਹੀਂ ਕਿਸੇ ਨੇ ਯਾਰ, ਹਾਲਾਤ ਅੱਗੇ ਇਹੋ ਜਿਹੇ ਬਣ ਜਾਣੇ ਆ ਵੀਰੇ ਵੀ ਭਰਾ ਨੇ ਭਰਾ ਦੀ ਮਦਦ ਕਰਨ ਤੋਂ ਡਰਦੇ, ਠੀਕ ਹੈ ਨਾ, ਹਾਲਾਤ ਇੱਦੋਂ ਵੀ ਬੱਤਰ ਹੋ ਜਾਣੇ, ਕਿਸੇ ਦੇ ਮਨ ਮੇਲ ਪੈਣ ਵਾਲਾ ਬੰਦਾ ਕੋਈ ਮਿਲ ਜੇ ਸ਼ਾਇਦ ਰੁਕ ਜੇ, ਪਰ ਮੈਨੂੰ ਲੱਗਦਾ ਨਹੀਂ ਕਿ ਹਾਲਾਤ ਸੁਧਰਨਗੇ। ਹਾਂਜੀ ਬਾਈ, ਜ਼ਿਆਦਾ ਖਰਾਬ ਹੋਣੇ ਹੋਣੇ ਕਾਹਦੇ ਕਰਕੇ ਆ, ਆਹ ਪਹਿਲੇ ਪਹਿਲੀ ਸਭ ਤੋਂ ਵੱਡੀ ਚੀਜ਼ ਨਸ਼ਾ, ਨਸ਼ੇ ਨਾਲ ਸਰੀਰ ਟੁੱਟਿਆ, ਕੰਮ ਹੁੰਦਾ ਨਹੀਂ, ਦਿਹਾੜੀ ਪੱਲਾ ਹੁੰਦਾ ਨਹੀਂ, ਹਾਂਜੀ ਕੀ ਰਹਿ ਗਿਆ ਮਗਰ ਚੋਰੇ ਡਾਕੇ ਰਹਿ ਗਏ। ਹਾਂਜੀ, ਉਹ ਇਸ ਤਰ੍ਹਾਂ ਕਿਸੇ ਆਉਣ ਜਾਣ ਪ੍ਰਵਾਸੀ ਨੂੰ ਰੋਕ ਕੇ ਬਸ ਤੰਗ ਕਰਨ ਵਾਲਾ ਕੰਮ। ਹਾਂਜੀ ਬਾਈ ਸਹੀ, ਚਲ ਕੋਈ ਨਹੀਂ, ਆਹ ਮੈਂ ਤੈਨੂੰ ਪਹਿਲਾਂ ਬੱਸ ਚੜਾਵਾਂ। ਚਲ ਬਹੁਤ ਬਹੁਤ ਧੰਨਵਾਦ ਬਾਈ।